ਓ ਬਾਈ ਲੋਕ ਲਓ ਜੀ ਮਿੱਤਰੋ ਦੇਖੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਠੀਕ ਆ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਵੈਲਕਮ ਬੈਕ ਟੂ ਅਨਦਰ ਵਲੌਗ ਕਰਦੇ ਆਂ ਵਲੌਗ ਸਟਾਰਟ ਫਿਰ ਤੇ ਅੱਜ ਆਪਾਂ ਨਾ ਪ੍ਰੈਸ਼ਰ ਹੌਰ ਨੂੰ ਚਲਾ ਕੇ ਦਿਖਾਵਾਂਗੇ ਤੁਹਾਨੂੰ ਚਲਾਇਆ ਹੀ ਨਹੀਂ ਸੀਗਾ ਫਿੱਟ ਕਰਤਾ ਸੀਗਾ ਫਿਰ ਲਾਤਾ ਸੀ ਕਦੋਂ ਵੇਲੇ ਤੇ ਅੱਜ ਫਿੱਟ ਵੀ ਕਰਾਂਗੇ ਤੇ ਚਲਾ ਕੇ ਵੀ ਦੇਖਾਂਗੇ ਹਨਾ ਤੇ ਕਈ ਕਮੈਂਟ ਵੀ ਆਉਂਦੇ ਸੀ ਬਾਈ ਪ੍ਰੈਸ਼ਰ ਹੌਰ ਨੂੰ ਚਲਾ ਕੇ ਦਿਖਾਓ ਤੇ ਚਲੋ ਦੇਖਦੇ ਆ ਨਾ ਫਿੱਟ ਕਰਦੇ ਆ ਤੇ ਚਲਾ ਕੇ ਦੇਖਦੇ ਆ ਉਹ ਕਿੰਨੀ ਕ ਆਵਾਜ਼ ਆ ਚੈੱਕ ਕਰਦੇ ਆ ਜਿਹਦੀ ਆਵਾਜ਼ ਕਿੰਨੀ ਕ ਆਰਪੀ ਨੇ ਲਿਆਂਦੀ ਤਾਰ ਤੇ ਹੁਣ ਅਸੀਂ ਇਹਨੂੰ ਦਿੰਨੇ ਆ ਨਾ ਕਨੈਕਸ਼ਨ ਮਿੱਤਰੋ ਇਹਨੂੰ ਕਨੈਕਸ਼ਨ ਦੇ ਕੇ ਚਾਲੂ ਕਰਦੇ ਆ ਤੇ ਮੈਂ ਸੋਚਦਾ ਵੀ ਆਪਾਂ ਕਨੈਕਸ਼ਨ ਇੱਥੋਂ ਦੇ ਦਿੰਨੇ ਆ ਤੇ ਆਹ ਤਾਰਾਂ ਨੰਗੀਆਂ ਨੇ ਕਿਉਂਕਿ ਇਹ ਆਪਾਂ ਬਾਅਦ ਚ ਫਿੱਟ ਕਰਾਉਣੀ ਆ ਨਾ ਮਤਲਬ ਕੀ ਹੁੰਦੀਆਂ ਨੇ ਉਹ ਪਾਈਪਿੰਗ ਕਰਵਾ ਦਾਂਗੇ ਕਵਰ ਹੋ ਜਾਣਗੀਆਂ ਫਿਰ ਉਹ ਆਪੀ ਕਵਰ ਕਰਦੇ ਨੇ ਕਿ ਤਾਰ ਮੋਟੀ ਲਿਆਂਦੀ ਆ ਦੇਖੋ ਆਹ ਬਲੈਕ ਤਾਰ ਲਿਆਂਦੀ ਆ ਤੇ ਇਹ ਤਾਰ ਦਿਖਦੀ ਵੀ ਘਟ ਹੈ ਤੇ ਇਹ ਬੁਰੀ ਨਹੀਂ ਲੱਗਦੀ ਹੈਗੀ ਪੂਰੀ ਮੋਟੀ ਤਾਰ ਆ ਪਾਈਪ ਵਾਂਗੇ ਲੱਗਦੀ ਆ ਇਹਨੂੰ ਕੱਟ ਕੇ ਲਾਉਣਾ ਹੈ ਪਹਿਲਵਾਨ ਜੀ ਆ ਗਏ ਆ ਗਏ ਜੀ ਤੇ ਪ੍ਰਤਾਪ ਲੈ ਇਹਨੂੰ ਕਰੀਏ ਪੁੱਤ ਆਪਾਂ ਵਾਇਰਿੰਗ ਕਰੀਏ ਦੀ ਇਹਨੂੰ ਆਪਾਂ ਮਿੱਤਰੋ ਮਤਲਬ ਐਦਾਂ ਨਾ ਮੇਰੀ ਸਲਾਹ ਵੀ ਐਦਾਂ ਫਿੱਟ ਹੋ ਜਾਵੇ ਇਹ ਚਾਹੀ ਨੀਚੇ ਐਦਾਂ ਐਦਾਂ ਲੱਗ ਜੂਗੀ ਨੀਚੇ ਹਨਾ ਉਰੇ ਆਪਾਂ ਹੋ ਬਣਵਾ ਦਾਂਗੇ ਪੱਤੀ ਲਗਾਉਣੀ ਪਊਗੀ ਇਹਦੇ ਜੇ ਵਿੱਚ ਲੱਗ ਜਾਵੇ ਤਾਂ ਵੀ ਠੀਕਾਰਪੀ ਨਹੀਂ بابا ਨੂੰ ਸਪੇਸ ਹੁੰਦੀ ਲਈ ਸਪੇਸ ਦੇ ਪੰਗਾ ਆਂਦਾ ਹੋਇਆ ਹਾਂ ਨਹੀਂ ਇੱਥੋਂ ਪਾਈਪ ਕੱਟ ਕੇ ਇੱਥੋਂ ਗਲੀ ਕਢਣੀ ਪਊ ਪਰ ਆਪਣ ਨੂੰ ਗਲੀ ਕੱਢ ਕੇ ਨਾ ਜੇ ਆਪਾਂ ਹਾਂ ਬਾਹਰ ਹੀ ਠੀਕ ਰਹੂਗੀ ਬਾਹਰ ਆਏ ਆ ਆਪਾਂ ਟੂਲ ਚ ਗਲੀ ਕੱਢਣ ਦੀ ਲੋੜ ਨਹੀਂ ਹੈ ਜੀ ਫਿਰ ਨਹੀਂ ਦਿਖੂਗਾ ਵੀ ਘੈਂਟ ਦਿਖੂਗਾ ਵੀ ਘੈਂਟ ਵਧੀਆ ਲੱਗੂਗਾ ਸੋਹਣਾ ਲੱਗਦਾ ਇੱਕਨ ਲੱਗਿਆ ਹੋਇਆ ਚੱਲ ਆਪਾਂ ਪਹਿਲਾਂ ਵਾਇਰਿੰਗ ਕਰ ਦਈਏ ਦੀ ਹਨਾ ਲੋ ਜੀ ਮਿੱਤਰੋ ਵਾਇਰਿੰਗ ਕਰਨ ਲੱਗਦੇ ਆ ਅਸੀਂ ਨਾ ਹਾਰ ਨਾਲ ਨੂੰ ਕਨੈਕਸ਼ਨ ਦੇਣ ਲੱਗੇ ਸੀ ਪਰ ਮੈਨੂੰ ਲੱਗਦਾ ਇਹਦੇ ਵਾਸਤੇ ਰਿਲੇ ਚਾਹੀਦੀ ਆ ਰਿਲੇ ਤੋਂ ਬਿਨਾ ਇਹ ਚੱਲਣੀ ਨਹੀਂ ਹੈਗੇ ਹੁਣ ਇਹ ਨਹੀਂ ਪਤਾ ਵੀ ਰਿਲੇ ਕਿਹੜੀ ਲੱਗੂਗੀ ਪਰ ਆਪਣੇ ਕੋਲ ਲੇ ਹੈਗੀ ਆ ਰਪੀਆਰ ਹਾਰਨ ਵਾਸਤੇ ਲਓ ਜੀ ਮਿੱਤਰੋ ਹਾਰਨ ਖੋਲਤੇ ਉਹ ਆਪਾਂ ਛੱਡਤਾ ਉਥੇ ਕਿਉਂਕਿ ਨਾ ਫਿਰ ਮੈਂ ਭੁੱਲ ਗਿਆ ਸੀਗਾ ਵੀ ਆਪਾਂ ਇਹ ਤਾਰਾਂ ਤੇ ਤਾਂ ਲਾ ਨਹੀਂ ਸਕਦੇ ਜੇ ਲਾਈਟ ਆਨ ਕਰਾਂਗੇ ਇਹ ਲਗਾਤਾਰ ਚੱਲੀ ਜਾਊਗਾ ਹਨਾ ਇਹਦੇ ਤੇ ਹਾਰਨ ਵਾਲੀ ਉਹ ਆਪਾਂ ਨੂੰ ਲਾਉਣੀ ਪੈਣੀ ਆ ਜਿਹੜੀ ਸੱਚ ਹਾਰਨ ਵਾਲੀ ਲੱਗਦੀ ਹੁੰਦੀ ਆ ਕਿਉਂਕਿ ਥੋੜੇ ਟਾਈਮ ਵਾਸਤੇ ਦਬਣ ਵਾਸਤੇ ਹਨਾ ਤੇ ਆਪਾਂ ਉਹਦੇ ਤੇ ਕੱਲ ਨੂੰ ਇਲੈਕਟ੍ਰੀਸ਼ੀਅਨ ਤੇ ਦਿਵਾਵਾਂਗੇ ਪਰ ਹੁਣ ਅਸੀਂ ਨਾ ਆਪਣੇ ਰੂਟਸ ਦੇ ਵਿੱਚ ਆਪਾਂ ਲੈਟਰ ਫਿਟ ਕਰਾਂਗੇ ਲਾਈਟਸ ਫਿਟ ਕਰਾਂਗੇ ਪਰ ਇੱਕ ਹੋਰ ਚੱਕਰ ਪੈ ਗਿਆ ਸਾਡੇ ਕੋਲ ਬਲੂ ਲਾਈਟਾਂ ਖਤਮ ਹੋ ਗਈਆਂ ਅਸੀਂ ਰੈੱਡ ਲਾਈਟਾਂ ਲਾਵਾਂਗੇ ਉਸ ਤੋਂ ਬਾਅਦ ਫਿਰ ਬਾਅਦ ਚ ਜਦੋਂ ਰੈੱਡ ਲਾਈਟਾਂ ਆਪਾਂ ਬਾਅਦ ਚ ਕਰਕੇ ਨਾ ਇਹ ਤਾਂ ਗ੍ਰੀਨ ਨੇ ਪੁੱਤ ਆਪਾਂ ਰੈੱਡ ਲਾਉਣੀਆਂ ਨੇ ਰੈੱਡ ਪਈਆਂ ਨੇ ਰੈੱਡ ਲਾਵਾਂਗੇ ਉਸ ਤੋਂ ਬਾਅਦ ਫਿਰ ਕਦੇ ਬਲੂ ਲੈ ਕੇ ਲਾ ਦਾਂਗੇ ਫਿਰ ਆਪਾਂ ਫਿਰ ਆਪਾਂ ਹੋ ਤਰੀਕੇ ਦੀਆਂ ਲਾਵਾਂਗੇ ਹੁਣ ਆਪਾਂ ਕਰਾਂਗੇ ਫਿਟ ਰੈੱਡ ਲਾਈਟਾਂ ਠੀਕ ਆ ਵੀਰੋ ਤੇ ਆ ਖੋਲਤਾ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਬਾਈ ਹੁਣ ਮੈਂ ਇਹਦੇ ਵਿੱਚ ਦਿਖਾਉਣਾ ਕੀ ਚੀਜ਼ ਆ ਇੰਨੀ ਕੁ ਚੀਜ਼ ਆ ਬਸ ਰੂਟਸ ਦੇ ਵਿੱਚ ਠੀਕ ਹੈ ਤੇ ਚਲੋ ਮੈਂ ਇਹ ਤੇ ਦੇਖਦਾ ਸਾਈਜ਼ ਵੀ ਦੇਖ ਕੇ ਵੀ ਫਟ ਆਉਂਦੀ ਹੈ ਇਹ ਲਾਈਟ ਕਣੀ ਜਿਹੜੀ ਆ ਪਤਾਸਾ ਲਾਈਟ ਆ ਵੀ ਇਹ ਕਿੰਨੀ ਕੁ ਉੱਚੀ ਨਹੀਂ ਵੀ ਰਹਿੰਦੀ ਆ ਠੀਕ ਆ ਵੀ ਇੱਥੇ ਇੱਥੇ ਕਿ ਫਿੱਟ ਹੋ ਜੂਗੀ ਇਹ ਚਲੋ ਦੇਖਦੇ ਆ ਆਰਪੀ ਮਿਹਨਤ ਕਰਨ ਲੱਗਿਆ ਹੋਇਆ ਚਲ ਆਰਪੀ ਖੋਲਦੇ ਫੜਾਫੜਾ ਪੁੱਤ ਇੰਨਾ ਟਾਈਮ ਦੇਖੋ ਵੀਰੋ ਕਿੰਨੀ ਮਿੱਟੀ ਪੈ ਜਾਂਦੀ ਆ ਮੀਂਹ ਮੂ ਨਾਲ ਪੈ ਜਾਂਦੀ ਆ ਸਫਾਈ ਕਰਨੀ ਜ਼ਰੂਰੀ ਆ ਯਾਨੀ ਇਹ ਹਾਰਨ ਖੋਲ ਕੇ ਯਾਰ ਜਿਹਦੇ ਵੀ ਲੱਗੇ ਹੋਏ ਨੇ ਨਾ ਇਨੂੰ ਖੋਲ ਕੇ ਕਿਰਾਂ ਸਫਾਈ ਕਰਦਿਆ ਕਰੋ ਰੂਟਸ ਦਾ ਵਿੱਚੋਂ ਸਾਫ਼ ਹੀ ਵਧੀਆ ਲੱਗਦਿਆ ਤੇ ਸਾਰਿਆਂ ਦੀ ਸਫਾਈ ਕਰਾਂਗੇ ਤੇ ਨਟ 볼ਟਾ ਦੇਖੋ ਕਿੰਨੇ ਬਰੀਕ ਨਟ 볼ਟ ਨੇ ਇਹਦੇ ਤੇ ਆਹ ਦੇਖੋ ਛੋਟੇ-ਛੋਟੀਆਂ ਬਾਸਲਾਂ ਨੇ ਸਾਰੀਆਂ ਸਾਂਭ ਕੇ ਰੱਖਣੀਆਂ ਪੈਣਗੀਆਂ ਆਹ ਤੁਸੀਂ ਦੇਖ ਲਓ ਵੀ ਇੱਕ ਘੌਰਨ ਦੇ ਨਟ 볼ਟ ਨੇ ਆ ਕਿੰਨੇ ਨੇ ਦੇਖੋ ਮੈਂ ਇਹਨਾਂ ਨੂੰ ਬੱਚਿਆਂ ਨੂੰ ਕਿਹਾ ਮੈਂ ਖੋ ਨਾ ਦਿਓ ਆ ਦੇਖੋ ਤੇ origignal ਨੇ ARP ਆ ਇੱਥੇ ਰੱਖੀ ਜੋ ਪਾ ਪਾ ਕੇ ਠੀਕ ਹੈ ਤੇ ਮੈਂ ਰੈਡ ਲੈਟਰ ਲੈ ਕੇ ਆਉਣਾ ARP ਤੇ ਫਿੱਟ ਕਰਕੇ ਦੇਖਦੇ ਆਪਾਂ ਦੇਖ ਲਓ ਜੀ ਮਿੱਤਰੋ ਸਾਰੇ ਹੌਰਨ ਆਪਾਂ ਖੋਲ ਲੀਏ ਫਿਰ ਕਰਦੇ ਆ ਫੇਟਾ ਲਓ ਜੀ ਮਿੱਤਰੋ ਤੁਹਾਨੂੰ ਰੂਟਸ ਦਿਖਾਈ ਜਾਂ ਅੰਦਰੋਂ ਦੇਖੋ ਮਿੱਦਾਂ ਆ ਕੁਝ ਹੁੰਦਾ ਦੇਖੋ ਇੱਥੇ ਵੀ ਸਟੈਂਪ ਲੱਗੀ ਹੋਈ ਆ ਰੂਟਸ ਦੀ ਤੇ ਆਹ ਟਰਾਂਸਫਾਰਮਰ ਜਿਹਾ ਲੱਗਿਆ ਹੋਇਆ ਇਹਨੇ ਆਵਾਜ਼ ਦੇਣੀ ਆ ਬਸ ਦੇਖ ਲਓ ਬਾਕੀ ਮਟੀਰੀਅਲ ਹੁੰਦਾ ਇਹ ਵੀ ਮਾਈਨੇ ਰੱਖਦਾ ਕਿਉਂਕਿ ਇਹਨੇ ਆਵਾਜ਼ ਸਰਾਊਂਡਿੰਗ ਬਣਾ ਦੇਣੀ ਆ ਮਤਲਬ ਆਲੇ-ਦਾਲੇ ਖੰਡੇ ਆਉਣੀਆਂ ਨੇ ਇਹਨੇ ਸਰਾਊਂਡਿੰਗ ਕਰਨੀ ਆ ਜਿਹੜੀ ਆ ਲੋਹਾ ਲੱਗਿਆ ਹੋਇਆ ਤੇ ਆਹ ਲੋਹਾ ਆਪਰ ਨਾਲ ਲੱਗਿਆ ਹੋਇਆ ਠੀਕ ਆ ਵੀਰੋ ਤੇ ਜਿਹੜੀ ਆ ਚੀਜ਼ ਲੱਗੂਗਾ ਪਾਪਾ ਇੰਨੇ ਕਿ ਜੀ ਇਹਨੇ ਆਵਾਜ਼ ਕੱਢਣੀ ਆ ਆ ਦੇਖੋ ਇਹ ਮਤਲਬ ਇਹਦੇ ਨਾਲ ਲੱਗ ਜਾਂਦਾ ਆ ਦੇਖੋ ਇਹ ਲੱਗ ਜਾਂਦਾ ਉਹਦੇ ਨਾਲ ਇਹ ਆ ਦੇਖੋ ਇਦਾਂ ਲੱਗ ਜੂਗਾ ਠੀਕ ਆ ਇਹਨੇ ਇੱਥੋਂ ਆਵਾਜ਼ ਕੱਢਣੀ ਆ ਆ ਜਿਹੜਾ ਗੋਲ ਗੋਲ ਐ ਇਹਨੇ ਖੰਡੇ ਆਉਣੀਆਂ ਸਰਾਊਂਡਿੰਗ ਬਣਾ ਦੇਣੀ ਆ ਦੇਖੋ ਰੂਟਸ ਕਿਦੋਂ ਦਾ ਵਿੱਚੋਂ ਖੋਲਦੀਏ ਫਟਾਫਟ ਕਿਉਂਕਿ ਨਾਟੇ ਵਾਲੇ ਨੇ ਇਹਦੇ ਵਿੱਚ ਫਿਰ ਆਪਾਂ ਲਾਈਟਾਂ ਫਿੱਟ ਕਰੀਏ ਦੇਖ ਲਓ ਪਾਪਾ ਜਿਹੜਾ ਤੁਸੀਂ ਐ ਫਲਾਈ ਜੰਨੇ ਦੇਖ ਲਓ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪੁੱਤ ਬਾਸ ਲਾਣੀ ਖਾਉਂਦੀਆਂ ਹੈਗੀਆਂ ਫਿਰ ਇੱਦਾਂ ਬਖੋਲਦੇ ਫਿਰ ਫਟਾਫਟ ਇਦਾਂ ਔਖਾ ਹੀ ਹੁੰਦਾ ਸਾਫ਼ ਕਰਕੇ ਲਾਵਾਂਗੇ ਯਾਰ ਵੀ ਫਿਰ ਚੰਗਾ ਲਓ ਜੀ ਮਿੱਤਰੋ ਖੋਲਤੇ ਆਪਾਂ ਕਵਰ ਤੇ ਉਹ ਦੇਖੋ ਐਦਾਂ ਹੁੰਦਾ ਰੂਟ ਸਾਸਲ ਦੇ ਵਿੱਚ ਆਹ ਕਵਰ ਨੇ ਖੋਲ ਕੇ ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ ਨਾ ਲੱਟਾਂ ਫਿੱਟ ਕਰਕੇ ਤੇ ਬਾਈ ਇਹਨਾਂ ਨੂੰ ਆਹ ਕਵਰ ਖੋਲ ਕੇ ਨਾ ਆਪਾਂ ਕਟਿੰਗ ਕਰਕੇ ਇਹਦਾ ਡਿਜ਼ਾਈਨ ਵੀ ਇੱਕ ਹੋਰ ਬਣ ਸਕਦਾ ਜਿੱਦਾਂ ਹਨਾ ਆ ਦੇਖੋ ਆ ਦੇਖੋ ਇਹਦੀ ਆ ਸਾਰੀ ਕਟਿੰਗ ਕਰਕੇ ਨਾ ਤੇ ਆ ਰੱਖ ਸਕਦੇ ਆਪਾਂ ਮਰਸੀਡੀ ਵਾਲਾ ਲੋਗੋ ਬਣ ਸਕਦਾ ਦੇਖਾਂਗੇ ਕਟਾ ਕੇ ਹਨਾ ਦੱਸਿਓ ਵੀ ਕੱਟ ਕੇ ਆਪਾਂ ਮਰਸੜੀ ਵਾਲਾ ਲੋਗੋ ਤਿਆਰ ਕਰੀਏ ਕਿ ਨਹੀਂ ਕਰੀਏ ਪਰ ਯਾਰ ਜਦੋਂ ਹਨਾ ਜਿਹੜਾ ਮਤਲਬ ਜਿਆਦਾ ਸਟੀਲ ਆ ਨਾ ਇਹ ਬਹੁਤ ਜਦੋਂ ਮਤਲਬ ਚਮਕਾਇਆ ਹੁੰਦਾ ਸੋਨਾ ਵਾਂ ਲੱਗਦਾ ਹੁੰਦਾ ਤੇ ਆਪਾਂ ਇਹਨੂੰ ਸ਼ਾਈਨ ਚਮਕਾ ਕੇ ਚੰਗੀ ਤਰ੍ਹਾਂ ਫੇਰ ਫਿੱਟ ਕਰਾਂਗੇ ਤੇ ਚਲੋ ਆਪਾਂ ਲੇਟਾਂ ਫਿੱਟ ਕਰੀਏ ਪਹਿਲਾਂ ਤਾਂ ਆਪਾਂ ਦੇਖਾਂਗੇ ਯਾਰ ਜੇ ਬਲੂ ਹੁੰਦੀਆਂ ਨਾ ਬਲੂ ਮੇਰੇ ਕੋਲ ਕੱਟਨੇ ਆ ਦੇਖੋ ਮੇਰੇ ਕੋਲ ਆ ਪਈਆਂ ਸੀ ਮੈਂ ਲਿਆਉਣੀਆਂ ਭੁੱਲ ਗਿਆ ਆ ਦੇਖੋ ਦੋਏ ਟੁਕੜੇ ਨੇ ਬਸ ਬਲੂ ਦੇ ਤੇ ਰੈੱਡ ਮੇਰੇ ਕੋਲ ਬਹੁਤ ਜ਼ਿਆਦਾ ਪਿਆ ਵਾਈਟ ਹੈਗੀ ਆ ਵਾਈਟ ਵਿੱਚ ਕੰਮ ਨਹੀਂ ਕਰਨੀ ਹੈਗੀ ਆ ਦੇਖੋ ਵਾਈਟ ਹੈਗੀ ਆ ਹਨਾ yellow ਹੈਗੀ ਆ ਤੇ ਰੈੱਡ ਏ ਜ਼ਿਆਦਾ ਪਿਆ ਪਰ ਰੈੱਡ ਏ ਲਾ ਦਿੰਨੇ ਆ ਹਨਾ ਇਹਨੇ ਫਿਰ ਆਪਾਂ ਬਲੂ ਚੇਂਜ ਕਰ ਦਾਂਗੇ ਜਦੋਂ ਆਪਾਂ ਨਵੀਆਂ ਲਿਆਵਾਂਗੇ ਚਲੋ ਕਰੀਏ ਫਿੱਟ ਫਿਰ ਇਹ ਤੇ ਆਪਾਂ ਲਓ ਜੀ ਮਿੱਤਰੋ ਦੇਖੋ ਐਂ ਲਾਈਟਾਂ ਫਿੱਟ ਕਰਤੀਆਂ ਦੇਖੋ ਠੀਕ ਹੈ ਹੁਣ ਇਹਨੂੰ ਵਾਇਰਿੰਗ ਦੇਣੀ ਰਹਿ ਗਈ ਆ ਵਾਇਰਿੰਗ ਦੇ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਢੱਕਣ ਕਸਾਂਗੇ ਪੂਰੀ ਵਾਇਰਿੰਗ ਕਰਕੇ ਟੇਪਿੰਗ ਕਰਕੇ ਫਿਰ ਆਪਾਂ ਇਹਦੇ ਢੱਕਣ ਕਸਾਂਗੇ ਕਿਉਂਕਿ ਜੇ ਕਈ ਵਾਰੀ ਕੋਈ ਨੁਕਸ ਪੈ ਜਾਵੇ ਨਾ ਫਿਰ ਔਖਾ ਹੋ ਜਾਊਗਾ ਹਨਾ ਤੇ ਕਵਰ ਲੱਗਦਾ ਵੀ ਹੋ ਗਿਆ ਮੈਂ ਕਵਰ ਦੇਖ ਲੈ ਚੈੱਕ ਕਰ ਲਿਆ ਸੀਗਾ ਕਵਰ ਲੱਗਦਾ ਹੋ ਗਿਆ ਸਹੀ ਤਰੀਕੇ ਨਾਲ ਤੇ ਚਲੋ ਆ ਬਾਕੀ ਕੰਮ ਕਰਦੇ ਆ ਤੇ ਹੁਣ ਮੈਂ ਇਹਨੂੰ ਵਾਇਰਿੰਗ ਦਿਨਾ ਚਲਾਉਣਿਆ ਇਹਨੂੰ ਪਹਿਲਾਂ ਆਪਾਂ ਪਹਿਲਾਂ ਚਲਾ ਕੇ ਫਿਰ ਆਪਾਂ ਇਹਨੂੰ ਢੱਕਣ ਲਾ ਕੇ ਫਿਰ ਦੁਬਾਰਾ ਚਲਾ ਕੇ ਦੇਖਾਂਗੇ ਵਾਇਰਿੰਗ ਤਾਂ ਬਸ ਬਸ ਹੋ ਗਈ ਮੇਰੀ ਬਾਰੇ ਵਾਇਰਿੰਗ ਤਾਂ ਪਾਪਾ ਦੀ ਬਸ ਅਗਰਾ ਤੇ ਵਾਇਰਿੰਗ ਹੈ ਤਾਂ ਪਤਾ ਕੀ ਗੱਲ ਹੈ ਬਾਲਾ ਬ੍ਰਿਕ ਕੀ ਕੰਮ ਹੈ ਉਹ ਜਾਂ ਹੁੰਦੇ ਤਾਂ ਇਦਾਂ ਮਾ ਲੋ ਬਈ ਇਲੈਕਟ੍ਰਿਕ ਸੀ ਇਹਨਾਂ ਕੰਮ ਐ ਕਿੱਥੇ ਮੱਛਰੇ ਬੋ ਲੜਨ ਲੱਗੇ ਮੱਛਰੇ ਐ ਇਹਨਾਂ ਵਿੱਚ ਕੂਲਰ ਚਲਾਉਣਾ ਥੋੜਾ ਜਿਹਾ ਥੋੜਾ ਠੀਕ ਵੀ ਰਹੂਗਾ ਚਲੋ ਮਿੱਤਰੋ ਹੁਣ ਕੂਲਰ ਚਲਾਉਣਾ ਚਲੋ ਮਿੱਤਰ ਮੈਂ ਇੱਕ ਕੂਲਰ ਤਾਂ ਲਾਤਾ ਹੁਣ ਕੂਲਰ ਦੀ ਸਵਿਚ ਦਸ ਦਦਾ ਨਾ ਦੇਖੋ ਹੁਣ ਕੂਲਰ ਤਾਂ ਅੱਗੇ ਕਰਤਾ ਡੈਡੀ ਨੇ ਮੇਰੀ ਹੈਲਪ ਕਰਾ ਦਿੱਤੀ ਚਲੋ ਗਾਇਜ਼ ਹੁਣ ਪਾਪਾ ਨੇ ਸਾਰਾ ਕੁਝ ਕਰਤਾ ਸਾਰਾ ਕੁਝ ਕੰਮ ਹੁਣ ਲੈਂਦੀ ਐ ਬਸ ਚੈਕਿੰਗ ਵੀ ਚੱਲਦੀ ਆਂਗੇ ਨਾ ਕਿ ਨਹੀਂ ਪਾਪਾ ਮੈਂ ਲਾਇਆ ਮੈਂ ਸੱਚ ਸੱਚ ਲਾਇਆ ਚੈੱਕ ਕਰ ਲਈਏ ਚਲੋ ਗਾਇਸ ਸੁਚੇਤਾ ਮੈਂ ਸੁਚੇਤਾ ਲੱਗੀ ہوئی ਆ ਸੱਚੋ ਮੈਂ ਲਾ ਗਿਆ ਸੀਗਾ ਮੈਂ ਲਾ ਗਿਆ ਸੀਗਾ ਪਹਿਲਾਂ ਦੇਖ ਲੈ ਚਲ ਪੀ ਜਰਾ ਇਦਰਾ ਓ ਮਾਈ ਗਾਡ ਬੰਦੀ ਕੱਲ ਐ ਡੈਵਲ ਲੱਗਦਾ ਡੈਵਲ ਡੈਵਲ ਲੱਗਦਾ ਹਾਂ ਟੈਂਡਾ ਰੈੱਡ ਡੈਵਲ ਟੈਂਡਾ ਰੈੱਡ ਡੇਪਾ ਲਾਵਾਂਗੇ ਐਤ ਕੀਤਾ ਰੱਡੇ ਵਧੀਆ ਲੱਗਦੀ ਆ ਰਾਤ ਨੂੰ ਦੇਖੀ ਰਾਤ ਨੂੰ ਪਤਾ ਲੱਗੂ ਚਲੋ ਮਿੱਤਰ ਹੁਣ ਬਾਕੀ ਕੰਮ ਕਰਦੇ ਆ ਜਿਹੜਾ ਕਸਨ ਵਾਲਾ ਹੁਣ ਇਹਦਾ ਪਟਾਪੇ ਫਿੱਟ ਕਰਕੇ ਪਰਵਾਹ ਨਹੀਂ ਰਹਾ ਹੋਰੇ ਬਸ ਉਹੀ ਰਹਿੰਦਾ ਮਿੱਤਰ ਕਮੈਂਟ ਦੇ ਵਿੱਚ ਦੱਸਿਓ ਵੀ ਆ ਜਿਹੜਾ ਅਸਨੇ ਰੰਗ ਚੂਸ ਕੇ ਤਾਂ ਇਹ ਸਾਡੇ ਕੋਲ ਪੇ ਤਾਂ ਬਹੁਤ ਸੀਗੇ ਤਿੰਨ ਚਾਰ ਪੇ ਸੀਗੇ ਪਤਾ ਸੀ ਨਾ ਬਲੂ ਸੀਗਾ ਬਸ ਬਲੂ ਹੀ ਹੈ ਨਹੀਂ ਸੀਗਾ ਬਲੂ ਦੇ ਸੇਫ ਹੋਸੇ ਸਾਡੇ ਕੋਲ ਦੋ ਹੀ ਸੀਗੇ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਰੰਗ ਅਸਨੇ ਵਧੀਆ ਚੂਸ ਕੀਤਾ ਹੈ ਕਿ ਨਹੀਂ ਟ੍ਰਾਈਪੋਰ ਚੱਕਲੇ ਚੱਕਲੇ ਹੁਣ ਅਸੀਂ ਹੋਰ ਸੈੱਟ ਕਰਾਂਗੇ ਦੇਖਿਓ ਹੁਣ ਤੁਸੀਂ ਸਾਰਾ ਕੁਝ ਦੇਖਿਓ ਆ ਦੇਖ ਲਓ ਗਾਇਸ ਆਪਾਂ ਨੂੰ ਹੈਲਪ ਦੀ ਲੋੜ ਆ ਇੱਕ ਮਿੰਟ ਮੈਂ ਐਂਗਲ ਸੈੱਟ ਕਰ ਲਾਂ ਚਲੋ ਗਾਇਸ ਚਲੋ ਪਾਪਾ ਦੀ ਹੈਲਪ ਕਰਾਉਣੇ ਵਿੱਚ ਇੰਨਾ ਟਾਈਮ ਲੱਗ ਕੇ ਇੱਕ ਕਵਰ ਕੱਸਿਆ ਗਿਆ ਬਹੁਤ ਮਿਹਨਤ ਆ ਯਾ ਦੇਖੋ ਸਾਰੀ ਵਾਇਰਿੰਗ ਕਰੀਆ ਇੰਨੀ ਕਿ ਮਿਹਨਤ ਆ ਆ ਦੇਖੋ ਇਥੋਂ ਲਾਉਣਾ ਭੁੱਲ ਗਏ ਟੇਪਿੰਗ ਕਰਨਾ ਭੁੱਲ ਗਏ ਵੀਰੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਠੀਕ ਆ ਤੁਹਾਨੂੰ ਹੌਰ ਨੇ ਚਲਾ ਕੇ ਦਿਖਾਵਾਂਗੇ ਦੇਖੋ ਲਾਈਟਿੰਗ ਹੌਰਨਾ ਦੇ ਵਿੱਚ ਪਰ ਮਿਹਨਤ ਬਹੁਤ ਆ ਰਹੀ ਆ ਆ ਦੇਖੋ ਤਿੰਨ ਟਾਪਿਆ ਇੰਨੇ ਨੂੰ ਮੈਨੂੰ 15-20 ਮਿੰਟ ਹੋ ਗਏ ਨੂੰ ਕੱਲੇ ਟਾਪੇ ਨਾਉਂਦੇ ਨੂੰ ਕਿਉਂਕਿ ਕਦੇ ਜੈਨ ਵਿੰਗਾ ਹੋ ਜਾਂਦਾ ਕਦੇ ਕੁਸ਼ ਵਿੰਗਾ ਹੋ ਜਾਂਦਾ ਚੋਰਾ ਮਿੱਤਰੋ ਆਪਾਂ ਨੇ ਤਿੰਨ ਤਾਂ ਕੱਸਤੇ ਬਸ ਕੱਸਤੇ ਬਸ ਓਕੇ ਓਕੇ ਹੋ ਗਏ ਬਸ ਓਹੀ ਵੀ ਆ ਮਿੱਤਰੋ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਜਿਹੜੇ ਨਵੇਂ-ਨਵੇਂ ਚੈਨਲ ਤੇ ਆਏ ਨੇ ਨਾ ਸਬਸਕ੍ਰਾਈਬ ਜ਼ਰੂਰ ਕਰੋ ਆ ਦੇਖੋ ਇਹ ਮੈਂ ਤਾਂ ਬਹੁਤ ਯਾਲਾ ਮੈਂ ਤਾਂ ਲੱਗਿਆ ਸਾ ਅਸੀਂ ਘੰਟੇ ਦੇ ਬੈਠੇ ਆ ਅਸੀਂ ਨੇ ਕੁਝ ਨਹੀਂ ਖਾਦਾ ਹਲੇ ਤੱਕ ਘੰਟੇ ਦੀ ਨਹੀਂ ਦੁਪਹਿਰ ਦੇ ਬੈਠੇ ਆ ਹਾਂ ਦੁਪਹਿਰ ਦੇ ਬੈਠੇ ਆ 3 ਵਜੇ ਦੇ ਬੈਠੇ ਹੁਣ ਮੰਨ ਲਓ ਵੀ 5 ਵਜੇ ਕਿ ਆਉਣਗੇ ਦੇਖੋ 2-3 ਘੰਟਿਆਂ ਦੇ 2 ਘੰਟਿਆਂ ਦੇ ਤਰਾਹ ਨਾਲ ਬੈਠੇ ਆ ਪੂਰੀ ਸਬਸਕ੍ਰਾਈਬ ਜਰੂਰ ਕਰੋ ਜਿਹੜਾ ਵੀ ਨਵੇਂ ਚੈਨਲ ਤੇ ਹੈ ਪਲੀਜ਼ ਹੁਣ ਆਪਾਂ ਨਹੀਂ ਸਾਰੇ ਕੁਝ ਕਰਤਾ ਉਹ ਮਦਰਾ ਸਨੇ ਸਾਰੇ ਕਸਤੇ ਪਪਾ ਚਲਾਏ ਚਲਾਇਓ ਲੋ ਜੀ ਮਿੱਤਰੋ ਚੈੱਕ ਕਰੋ ਹੋਰ ਨ ਆਪਣੇ ਤੇ ਬਣ ਗਈ ਗੱਲ ਕਿ ਤੁਹਾਨੂੰ ਨਾਈਟ ਥਿਊ ਦਿਖਾਵਾਂਗੇ ਮੈਂ ਨਾ ਦੋ ਦੋ ਨਟ ਕਸਤੇ ਕਿਉਂਕਿ ਹਨੇਰਾ ਹੋਣ ਲੱਗਿਆ ਸੀਗਾ ਮੱਛਰ ਲੜਦਾ ਸੀ ਬਹੁਤ ਵੀਰੇ ਬਹੁਤ ਔਖਾ ਬਹੁਤ ਟਾਈਮ ਲੱਗਿਆ ਕਟੋ-ਕਟ ਮੈਨੂੰ 2:3-3 ਵਜੇ ਦਾ ਲੱਗਿਆ ਵਿਆਂ ਬਹੁਤ ਔਖੇ ਕਿਉਂਕਿ ਇਹ ਚ ਨਾ ਦੋ ਦੋ ਤਾਂ ਜੈਨ ਨੇ ਇੱਕ ਪਹਿਲਾ ਜੈਨ ਸਿੱਧਾ ਕਰੋ ਫਿਰ ਦੂਜਾ ਜੈਨ ਸਿੱਧਾ ਕਰੋ ਤਾਂ ਕਿਤੇ ਜਾ ਕੇ ਨਟ ਪਿਆ ਆਰਪੀ ਦੀ ਮਦਦ ਲਈ ਜਣੀ ਹੁਣ ਮਸਾਂ 2 2 ਨਟ ਕਿਸਨੇ 2 2 3 3 ਬਾਕੀ ਨਟ ਮੈਂ ਬਾਅਦ ਚ ਕੁਸੂਗਾ ਕਿਉਂਕਿ ਨਾ ਫਿਰ ਖੜਾ ਲੇ ਇੱਕ ਵਾਰ ਆਪਾਂ ਬਾਕੀ ਤਾਂ ਫਿਰ ਨਾਟਕ ਸੁਣਨੇ ਨੇ ਕਿਉਂਕਿ ਇੱਕ ਦੋ ਕਾਬਲੇ ਨਾ ਜਿੱਥੇ ਆਪਣੀ ਤਾਰ ਲੰਘਦੀ ਆ ਉੱਥੇ ਕਾਬਲਾ ਥੋੜਾ ਜਿਹਾ ਵੱਡਾ ਪਊਗਾ ਲਾਈਟਾਂ ਚੈੱਕ ਕਰੋ ਵੀ ਵਧੀਆ ਲੱਗਦ ਨੇ ਹੋਰ ਨਾ ਤੇ ਬਾਕੀ ਤਾਂ ਰਾਤ ਨੂੰ ਜਿਹੜਾ ਤੁਹਾਨੂੰ ਨਾਈਟ 뷰 ਦਿਖਾਵਾਂਗੇ ਠੀਕ ਹੈ ਤੇ ਇੱਕ ਲਾਈਟ ਖੜ ਗਈ ਉਹ ਵੀ ਮੈਂ ਚਲਾਉਣਾ ਉਹ ਹੁਣ ਮੈਂ ਤੁਹਾਨੂੰ ਨਾਈਟ 뷰 ਦਿਖਾਵਾਂਗਾ ਬਹੁਤ ਮਿਹਨਤ ਲੱਗੀ ਆ ਸਬਸਕ੍ਰਾਈਬ ਕਰਦੇ ਹੋਣ ਠੀਕ ਆ ਹਰਨ ਪਰ ਤੁਸੀਂ ਦੱਸਿਓ ਵੀ ਮੈਂ ਘੈਂਟ ਲੱਗਦ ਨੇ ਕਿ ਨਹੀਂ ਇਹ ਹੈਗੀ ਆ ਰਾਤ ਵਾਲੀ ਚੀਜ਼ ਰਾਤ ਨੂੰ ਚੱਲਦੇ ਸੋਹਣੇ ਲੱਗਣਗੇ ਆ ਬਾਹਰ ਲਾਈਟ ਮੈਂ ਤਾਂ ਨਹੀਂ ਚਲਾਈ ਵੀ ਆਪਣੇ ਹੌਰਨਾ ਦੀ ਜਿਹੜੀ ਗ੍ਰੇਸ ਆ ਉਹ ਚੈੱਕ ਕਰ ਲਈ ਆਪਾਂ ਹਨਾ ਨੀਚੇ ਵਾਲੀ ਬਾਰ ਲਾਈਟ ਇਹਨਾਂ ਨਾਲੇ ਚੱਲ ਰਹੀ ਆ ਬਾਕੀ ਇੱਕ ਮਿਸਟੇਕ ਹੋ ਗਈ ਜੇ ਮਤਲਬ ਬਲੂ ਲਾਈਟਾਂ ਹੁੰਦੀਆਂ ਤਾਂ ਬਾਈ ਸਿਰਾਂ ਲੱਗਦਾ ਕਿਉਂਕਿ ਜਿਹੜੀ ਬਲੂ ਲਾਈਟ ਦੀ ਲਾਈਟ ਹੁੰਦੀ ਆ ਨਾ ਉਹ ਜ਼ਿਆਦਾ ਸ਼ਾਈਨ ਕਰਦੀ ਆ ਤੇ ਕੋਈ ਗੱਲ ਨਹੀਂ ਆਪਾਂ ਇਹਨੂੰ ਰਿਮੂਵ ਕਰਕੇ ਫੇਰ ਆਪਾਂ ਬਲੂ ਲਾ ਦਾਂਗੇ ਹਲੇ ਰੈੱਡ ਸਹੀ ਕੋਈ ਚੱਕਰ ਨਹੀਂ ਕਿਉਂਕਿ ਮੇਰੇ ਕੋਲ ਬਲੂ ਖਤਮ ਹੋ ਗਈਆਂ ਸੀਗੀਆਂ ਆਪਾਂ ਲੈ ਕੇ ਆਉਣੇ ਆ ਹੋਰ ਕੜਦਾ ਜਾਂਦਾ ਇਸ 맛 ਜਦੋਂ ਪਤਾ ਹੋਵੇ ਇਸ ਵਾਲੀ ਲੋ ਜੀ ਵੀਰੇ ਆਪਾਂ ਅੰਦਰ ਲੀਆਂ ਲਟਾਂ ਵੀ ਚਲਾਤੀਆਂ ਆਹ ਜਿਹੜੀਆਂ ਲਟਾਂ ਨੇ ਤੇ ਆਹ ਵਾਲੀਆਂ ਲਟਾਂ ਚੈੱਕ ਕਰੋ ਇਹ ਵੀ ਚਲਾਤੀਆਂ ਤੇ ਹਾਰਨ ਵਾਲੀਆਂ ਵੀ ਚਲਦੀਆਂ ਨੇ ਹੁਣ ਥੋੜੀ ਜਿਹੀ ਸ਼ਾਈਨ ਪੈ ਰਹੀ ਹੈ ਦੇਖੋ ਚੱਲ ਚੱਲ ਕੇ ਠੀਕ ਹੈ ਤੇ ਹੁਣ ਦੇਖੋ ਸਿਰਾਂ ਲੱਗਿਆ ਕਿ ਨਹੀਂ ਹੁਣ ਦੂਰੋਂ ਪਤਾ ਲੱਗੋ ਬਾਈ ਬਾਈ ਗੱਲ ਬਣ ਗਈ ਹੌਰ ਨਾ ਢੇੜਾ ਦੇਣਾ ਬਣਦਾ ਹਨਾ ਆਪਾਂ ਥੋੜਾ ਜਿਹਾ ਸ਼ਾਮ ਹੋਏ ਢੇੜਾ ਦਿੰਨੇ ਆ ਠੀਕ ਹੈ ਜਦੋਂ ਲਾਈਟਾਂ ਦਾ ਪੂਰਾ ਅਸਰ ਹੋ ਗਿਆ ਵੀ ਹਾਂ ਹੁਣ ਢੇਰ ਵਿੱਚ ਦਿਖਦੀਆਂ ਨੇ ਭਾਈ ਹੋਰ ਨਾਲ ਚੈੱਕ ਕਰੋ ਹੋਰ ਨਾਲ ਜੇ ਦਾ ਵੱਟ ਕੱਟ ਤੇ ਦੇਖੋ ਕਲਰਫੁੱਲ ਲੱਗ ਰਹੇ ਨੇ ਆਹ ਲੈਟਾਂ ਬਜਾਦਾ ਆਹ ਲੈਟਾਂ ਨੇ ਅਸਰ ਕਰਨ ਲੱਗਿਆ ਕਿਉਂਕਿ ਜਿਹੜੀ ਉੱਪਰਲਾ ਸਟੀਲ ਹੈ ਨਾ ਇਹਨੂੰ ਆਹ ਲੈਟਾਂ ਚਮਕਾ ਰਹੀਆਂ ਨੇ ਇਹ ਰਿਮੋਟ ਨਾਲ ਸੈੱਟ ਕਰਨ ਵਾਲੀਆਂ ਨੇ ਇਹਦਾ ਮੋਡ ਸੈੱਟ ਕਰਨ ਵਾਲਾ ਮੈਂ ਮੋਡ ਸੈੱਟ ਕਰਦਾ ਤੇ ਫਿਰ ਬਲਿੰਕਿੰਗ ਇਹਦੀ ਫਾਸਟ ਕਰਾਂਗੇ ਫਿਰ ਦੇਖਿਓ ਸਰਾ ਲੱਗਦੀ ਚੀਜ਼ ਦੇਖੋ ਸਾਹਮਣੇ ਇੱਥੇ ਨਾ ਮੈਂ ਇੱਕ ਹੋਰ ਸੋਚਿਆ ਵੀ ਇੱਥੇ ਆਪਾਂ ਇੱਕ ਪੀਸੀਆਰ ਵੱਡੀ ਲਾ ਦਈਏ ਵੀ ਇਹ ਤੇ ਹੋਰ ਚਾਨਣਾ ਪਵੇ ਕੱਟ ਪੈ ਰਿਹਾ ਮੈਨੂੰ ਲੱਗਦਾ ਵੀ ਘਟਾ ਪਰ ਦੂਰੋਂ ਦੇਖੋ ਬਾਈ ਹਾ ਉਮਰ ਦੇ ਸਾਹ ਨਾਲ ਪੂਰਾ ਰੁੱਤ ਬਾਹੜਾ ਨਹੀਂ ਉਹ ਬਾਹੜਾ ਦੇਖੋ ਬਾਈ ਲੁੱਕ ਫਰੰਟ ਵਾਲੀ ਬਾਰ ਲਾਈਟ ਨਹੀਂ ਚਲਾਈ ਆਪਾਂ ਨੇ ਪਰ ਤੁਸੀਂ ਲੁੱਕ ਦੇਖੋ ਰਾਤ ਨੂੰ ਹੁਣ ਠੀਕ ਆ ਥੋੜਾ ਜਿਹਾ ਨੇੜੇ ਕਰਦਾ ਕਿਉਂਕਿ ਪਤਾ ਨਹੀਂ ਲੱਗ ਰਿਹਾ ਦੇਖੋ ਆ ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਠਿਆ ਲਓ ਜੀ ਵੀਰੋ ਮੈਂ ਚੇਂਜ ਕਰ ਰਿਹਾ ਸੀ ਪਤਾ ਨਹੀਂ ਕੀ ਗੱਲ ਰਿਮੋਟ ਚ ਸੈੱਲ ਤਾਂ ਹੈਗੇ ਨੇ ਹੋ ਸਕਦਾ ਡਾਊਨ ਨਾ ਹੋ ਗਏ ਹੁਣ ਤੇ ਜੈਕੀ ਲੋਹਾ ਖਾਏਗਾ ਹੁਣ ਤੂੰ ਛੱਟੇ ਨੂੰ ਛੱਟ ਛੱਟ ਤੇ ਚੇਂਜ ਨਹੀਂ ਹੋਇਆ ਮੋਡ ਤੇ ਆਰਪੀ ਕਰਦਾ ਹੁੰਦਾ ਪਤਾ ਨਹੀਂ ਕਿਵੇਂ ਤੇ ਉਸ ਤੋਂ ਬਾਅਦ ਚਲੋ ਕਰਕੇ ਦੇਖਾਂਗੇ ਹਨਾ ਮੈਂ ਤਾਂ ਫਾਸਟ ਬਲਿੰਕਿੰਗ ਲਾਉਣੀ ਸੀ ਹੋਰ ਤਾਂ ਮੋਡ ਕੁਝ ਨਹੀਂ ਆਉਣਾ ਸੀ ਤੇ ਹੁਣ ਤੁਸੀਂ ਦੇਖੋ ਹਨੇਰਾ ਹੋ ਗਿਆ ਬਾਈ ਦੇਖੋ ਲੋਕਾ ਫਰੰਟ ਵਾਲੀ ਨਹੀਂ ਮੈਂ ਚਲਾਈ ਹੈਗੀ ਹਲੇ ਬਾਰ ਲਾਈਟ ਕਿਉਂਕਿ ਬਾਰ ਲਾਈਟ ਨਾਲ ਫਿਰ ਆਪਣੇ ਹੌਰਨ ਦਾ ਐਡਾ ਪਤਾ ਨਹੀਂ ਲੱਗਣਾ ਸੀ ਮੈਂ ਤਾਂ ਨਹੀਂ ਚਲਾਇਆ ਬਸ ਆਪਣੀ ਇੱਕ ਸਲਾਹ ਹੋਰ ਹੈ ਵੀ ਕਿ ਪੀਸੀਆਰ ਆਪਾਂ ਹੋਰ ਲਾ ਦਈਏ ਆ ਉਪਰਲੀ ਸਾਈਡ ਤੇ ਠੀਕ ਹੈ ਤੇ ਹਾਰਨ ਦੀ ਲੁੱਕ ਦੱਸਿਓ ਬਾਈ ਕਿਦਾਂ ਲੱਗੀ ਠੀਕ ਹੈ ਲਓ ਜੀ ਮਿੱਤਰੋ ਹਾਰਨ ਤਾਂ ਆਪਾਂ ਬਣਾਤੀ ਗੱਲ ਬਾਤ ਆ ਪਰ ਇੱਕ ਮੇਰੀ ਏਦਾਂ ਆ ਵੀ ਆਪਾਂ ਜੀ ਬਲੂ ਲਾਈਟ ਪਾਉਂਦੇ ਤਾਂ ਹੋ ਸਕਦਾ ਜਿਆਦਾ ਚੱਜਦਾ ਠੀਕ ਹੈ ਆਪਾਂ ਬਲੂ ਲੈਟਰ ਲੈ ਕੇ ਆਵਾਂਗੇ ਤੇ ਮੈਨੂੰ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਪਹਿਲਾਂ ਮੈਂ ਹਾਰਨ ਫਿੱਟ ਕਰਨ ਲੱਗਿਆ ਸੀ ਪਰ ਉਹਦੀ ਸਵਿਚ ਨਹੀਂ ਸੀ ਆਪਣੇ ਕੋਲ ਤੇ ਫਿਰ ਮੈਂ ਕਿਹਾ ਚਲੋ ਹਾਰਨ ਦੇ ਵਿੱਚ ਲਾਈਟਾਂ ਪਾਉਣੇ ਆ ਯਾਪਾ ਲਾਈਟਾਂ ਨਹੀਂ ਪਾਈਆਂ ਫੌਰਨ ਦਾ ਜਿਹੜਾ ਆਵਾਜ਼ ਆ ਉਹ ਤਾਂ ਨਹੀਂ ਆਪਾਂ ਚਾਲੂ ਕਰੀ ਕਿਉਂਕਿ ਆਪਣੇ ਕੋਲ ਰਲੇ ਨਹੀਂ ਹੈਗੀ ਸੀ ਵੀਰੋ ਤੇ ਫਿਰ ਮੈਂ ਖਾ ਚਾ ਲਾਈਟਾਂ ਪਾ ਲੈਨੇ ਆ ਲਾਈਟਾਂ ਵੀ ਜੱਜ ਦੀਆਂ ਨੇ ਹਨਾ ਤੇ ਹੁਣ ਆਪਾਂ ਲਾਈਟਾਂ ਪਾਤੀਆਂ ਵੀਰੋ ਤੇ ਬਹੁਤ ਮਿਹਨਤ ਲੱਗੀ ਆ ਮੈਂ 2:30 2:30 ਜਾਂ 3:00 ਵਜੇ ਦਾ ਲੱਗਿਆ ਵਿਆਂ ਹੁਣ ਜਾ ਕੇ ਕੰਮ ਕੰਪਲੀਟ ਹੋਇਆ ਠੀਕ ਆ ਬਹੁਤ ਮਿਹਨਤ ਲੱਗੀ ਆ ਵੀਰੇ ਸਬਸਕ੍ਰਾਈਬ ਜਰੂਰ ਕਰਦੇ ਹੋ ਯਾਰ ਠੀਕ ਆ ਜੇ ਤੁਸੀਂ ਸਬਸਕ੍ਰਾਈਬ ਜਰੂਰ karenge ਤੇ view ਆਉਣਗੇ ਸਬਸਕ੍ਰਾਈਬ کریں ਜੋ ਤਾਂ ਹੌਸਲਾ ਹੋ ਬੰਦਾ ਤਾਂ ਬੰਦਾ ਫਿਰ ਕੁਛ ਨਾ ਕੁਛ ਨਾ ਮਾਕ ਕਰਦਾ ਠੀਕ ਤੇ ਅ ਅੱਜ ਮੀ ਪੈਂਦਾ ਰਿਹਾ ਸਾਰਾ ਦਿਨ ਇੱਕ ਦੋ ਦਿਨਾਂ ਦੇ ਵਿੱਚ ਜਾਂ ਕੱਲ ਨੂੰ ਸ਼ਾਇਦ ਆਪਾਂ ਸਵਰਾਜ ਨੂੰ ਛੱਡਿਆਈਏ ਪੇਂਟ ਵਾਸਤੇ ਠੀਕ ਆ ਦੋ ਵੀਕਾਂ ਚ ਮਿਲ ਜੂ ਸ਼ਾਇਦ ਜੇ ਕੱਲ ਨੂੰ ਨਾ ਮੀ ਪਿਆ ਤਾਂ ਕੱਲ ਨੂੰ ਮੈਂ ਸਵਰਾਜ ਨੂੰ ਛੱਡਿਆਉਣਾ ਅੱਜ ਮੀ ਪੈਂਦਾ ਰਿਹਾ ਵੀਰੋ ਅੱਜ ਜਾਇਆ ਨਹੀਂ ਗਿਆ ਤੇ ਚਲੋ ਵਲੌਗ ਆਪਾਂ ਕਰਦੇ ਆ ਖਤਮ ਹਨਾ ਸਬਸਕ੍ਰਾਈਬ ਜ਼ਰੂਰ ਕਰਦੇਓ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ ਵੀਰੋ ਰੋਟੀ ਖਾਣ ਲੱਗੇ ਸੀਗੇ ਟਰੈਕਟਰ ਬਾਹਰ ਹੀ ਖੜਾ ਸੀ ਟਰੈਕਟਰ ਨੂੰ ਲਾਦੀ ਆਪਾਂ ਅੰਦਰ ਐਂ ਕਰਦੇ ਆ ਸਾਰੀਆਂ ਰੱਟਾਂ ਲਾ ਲਓ ਮੈਂ ਬੋਲਣ ਨੂੰ ਤੇ ਬ ਬੌਨਟ ਤੇ ਬੈਠ ਨਾਈ ਕੀ ਤੇ ਬੌਨਟ ਨਹੀਂ ਹੈਗਾ ਬੰਪਰ ਇਹੇ ਚੀਜ਼ ਡੇਂਜਰ ਹੈ ਇਹ ਚੀਜ਼ ਨਹੀਂ ਆਪਾਂ ਕਰਨੀ ਫਿਰ ਆਪਾਂ ਨੂੰ ਦੇਖ ਕੇ ਕੋਈ ਬੱਚਾ ਹੋਰ ਕਰ ਸਕਦਾ ਟਰੈਕਟਰ ਲਾਉਣੇ ਅੰਦਰ ਕਰਦੇ ਹਾਂ ਸਟਾਰਟ ਆਰਪੀ ਆ ਜਾ ਪੁੱਤ ਫਿਰ ਆਹ ਟਰੈਕਟਰ ਵੀ ਅੰਦਰ ਲਾਉਣਾ ਇੱਕ ਉਹ ਟਰੈਕਟਰ ਉੱਪਰ ਖੜਾ ਉਹਨੂੰ ਵੀ ਅੰਦਰ ਲਾਉਣਾ ਹੈ ਟ੍ਰੇਲ ਨਾਲ ਰੰਗਣਾ ਕਿਤੇ ਉਹਦਾ ਵਿਚਾਰੇ ਦਾ ਖਰਾਬ ਹੋ ਜੇ ਮੇਰੇ ਮਿੱਤਰੋ ਹੁਣ ਆ ਪਾਪਾ ਲਾ ਰਹੇ ਨੇ ਟਰੈਕਟਰ ਨੂੰ ਅੰਦਰ ਦੇਖੋ ਆ ਤਾਂ ਖਾਲੀ ਘੱਟ ਆਉਂਗਾ ਨਹੀਂ ਇਹਦਾ